ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਕਬੂਲ ਕਰੋ ਮੈਂ ਤੁਹਾਡਾ ਆਪਣਾ ਫੈਮਿਲੀ ਕਲਾਕਾਰ ਗੁਰਚੇਤ ਚਿੱਤਰਕਾਰ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੱਚ ਦੀ ਅਦਾਲਤ ਆਪਣਾ ਜ਼ਮਾਨਾ ਆਪ ਬਣਾਉਂਦੇ ਨੇ ਦਿਲਾਂ ਵਾਲੇ ਅਸੀਂ ਉਹ ਨਹੀਂ ਹਾਂ ਜਿਨ੍ਹਾਂ ਨੂੰ ਜ਼ਮਾਨਾ ਬਣਾ ਗਿਆ ਸੋ ਦੋਸਤੋ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਵੇਖ ਚੁੱਕੇ ਹੋ ਪਹਿਲਾਂ ਮੈਂ ਨਸ਼ੇ ਨੂੰ ਖਾਂਦਾ ਹੁੰਦਾ ਸੀ ਤੇ ਹੁਣ ਨਸ਼ਾ ਮੈਨੂੰ ਖਾਣ ਲੱਗ ਪਿਆ ਇਹ ਨਸ਼ਾ ਮੇਰੀ ਪੁਸ਼ਤਾਂ ਤੋਂ ਕਮਾਈ ਹੋਈ ਸਾਰੀ ਪੂੰਜੀ ਖਾ ਗਿਆ ਪਰ ਮੈਨੂੰ ਇਹ ਦੱਸ ਤੋਤੀ ਅਮਲੀ ਜੀ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤੈਂ ਆਪਣੀ ਮਾਂ ਦਾ ਵੀ ਸੌਦਾ ਕੀਤਾ ਹੈ ਅੱਜ ਦਾ ਫੈਸਲਾ ਵੀ ਦੇਖੋ ਅਮਲੀ ਕਿਸੇ ਨਸ਼ੇੜੀ ਦੀ ਆਦਤ ਦਾ ਸੰਬੋਧਨ ਨਹੀਂ ਬਲਕਿ ਇੱਕ ਗਾਲ ਹੈ ਅਮਲੀ ਆਪਣੀ ਜ਼ਿੰਦਗੀ ਬਰਬਾਦ ਤਾਂ ਕਰਦਾ ਹੀ ਹੈ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਨਰਕ ਬਣਾ ਦਿੰਦਾ ਹੈ ਹਾਲਾਂਕਿ ਉਸਦੇ ਬੱਚਿਆਂ ਦਾ ਜਾਂ ਪਰਿਵਾਰ ਦੇ ਲੋਕਾਂ ਦਾ ਕੋਈ ਦੋਸ਼ ਨਹੀਂ ਹੁੰਦਾ ਪਰ ਲੋਕ ਉਹਨਾਂ ਨੂੰ ਬੜੀ ਹੀ ਹਿਕਾਰਤ ਨਾਲ ਦੇਖਦੇ ਨੇ ਅਮਲ ਕਰਨਾ ਪਹਿਲਾਂ ਉਸਦੀ ਆਦਤ ਹੁੰਦੀ ਹੈ ਪਰ ਬਾਅਦ 'ਚ ਉਸਦੀ ਬਿਮਾਰੀ ਬਣ ਜਾਂਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਅਪਰਾਧੀ ਸਮਝ ਕੇ ਉਹਨਾਂ ਨੂੰ ਜੇਲ੍ਹ ਭੇਜਣ ਦੀ ਥਾਂ ਸੁਧਾਰ ਘਰਾਂ 'ਚ ਰੱਖੇ ਅਤੇ ਉਹਨਾਂ ਦੇ ਨਸ਼ੇ ਛੁਡਵਾਉਣ 'ਚ ਉਹਨਾਂ ਦੀ ਮਦਦ ਕਰੇ ਅੱਜ ਮੈਂ ਜਿਹੜੇ ਮੁਜਰਮ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਉਹ ਬਹੁਤ ਹੀ ਖਤਰਨਾਕ ਮੁਜਰਮ ਹੈ ਰੋਡਵੇਜ ਦਾ ਡਰਾਈਵਰ ਦਰਸ਼ਨ ਸਿੰਘ ਜਮੰਦਾ ਹਾਜ਼ਰ ਹੋ ਉਹ ਪਹਿਲਾਂ ਡਰਦਾ ਬਲਾਂ ਵਿੱਚ ਲਾਉਂਦੇ ਫਿਰ ਸਟੇਰਿੰਗ ਨੂੰ ਹੱਥ ਪਾਉਂਦੇ ਉਹ ਨਾਲੇ ਬਾਬੇ ਦਾ ਨਾਮ ਤਿਹਾਉਂਦੇ ਬਾਬੇ ਦਾ ਨਾਮ ਤਿਹਾ ਕੇ ਜਦੋਂ ਸੀਨਾ ਤਾਣ ਦੇਈਦਾ ਦੋ ਕੋ ਤੋਂ ਮਿੱਤਰ ਹੋ ਪਰਚਾ ਪਛਾਣ ਦੇਈਦਾ ਹੋਰ ਬਾਈ ਡਰਦਾ ਲਾਉਣਾ ਨਹੀਂ 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 ਕੀ ਨਾਂ ਤੇਰਾ ਮੇਰਾ ਨਾਂ ਤਾਂ ਜਿਹੜਾ ਚਿਹਰਾ ਹੈਗਾ ਏ ਉਹ ਦਰਸ਼ਨ ਹੈ ਪਰ ਮਹਿਕਮੇ 'ਚ ਸਾਰੇ ਮੈਨੂੰ ਜਵੰਦਾ ਕਹਿੰਦੇ ਨੇ ਕਿਉਂਕਿ ਆਪਣੀ ਮਹਿਕਮੇ 'ਚ ਇੱਜ਼ਤ ਬਹੁਤ ਖੱਟੀ ਹੈ ਨਾ ਬਹੁਤ ਘਟੀ ਇੱਜ਼ਤ ਸਾਰੀ ਉਮਰ ਆਪਾਂ ਤਾਂ ਨੇਕੀ ਕੀਤੀ ਹੈ ਸ਼ੇਰਾ ਹੈਂ ਓਹੋ ਕਬਰੇ ਕਰਮਾਂ ਦਾ ਕੀ ਹੈ ਜਦੋਂ ਮਰਜ਼ੀ ਕਰ ਲਓ ਭਾਈ ਨਾ ਖਰਾਬ ਹੁੰਦਾ ਤੂੰ ਜਦੋਂ ਮਰਜ਼ੀ ਜਾ ਕੇ ਮਹਿਕਮੇ 'ਚ ਤੈਨੂੰ ਕੋਈ ਕੰਮ ਹੋਵੇ ਜਾ ਕੇ ਕਹਿ ਦੀ ਵੀ ਜਵੰਦੇ ਨੂੰ ਮਿਲਣਾ ਅਗਲਾ ਨਾਲ ਦੀ ਨਾਲ ਤੈਨੂੰ ਕੰਮ ਕਰ ਦੂੰਗਾ ਅੱਛਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਮਹਿਕਮੇ ਵਿੱਚ ਨੌਕਰੀ ਕਰਦਿਆਂ ਨੂੰ ਮੈਨੂੰ ਮਹਿਕਮੇ 'ਚ ਨੌਕਰੀ ਕਰਦਿਆਂ ਨੂੰ ਸ਼ੇਰਾ 25 ਸਾਲ ਹੋ ਗਏ 25 ਸਾਲਾਂ ਤੋਂ ਨੌਕਰੀ ਕਰਦਾ ਛੋਟੇ ਤੋਂ ਲੈ ਕੇ ਵੱਡਾ ਹਰ ਇੱਕ ਬੰਦਾ ਮੈਨੂੰ ਜਾਣਦਾ ਚੰਗੀ ਤਰ੍ਹਾਂ ਜਾਣਦਾ ਜਿਹਨੂੰ ਮਰਜ਼ੀ ਕਹਿੰਦੀ ਜਵੰਦਾ ਕੌਣ ਹੈ ਅਗਲਾ ਛੱਡ ਕੇ ਆਊ ਇੰਨੀ ਤੁਹਾਡੀ ਇੰਨੀ ਇੱਜ਼ਤ ਕਿਉਂ ਕਰਦੇ ਨੇ ਉਹ ਯਾਰ ਮੈਂ ਬੰਦਾ ਬਾਲਾ ਵਧੀਆ ਬਾਲਾ ਵਧੀਆ ਬੰਦਾ ਮੈਂ ਇਹ ਤਾਂ ਆਪਣਾ ਹੁਣੇ ਵਾਹ ਪਿਆ ਹੈ ਨਾ ਬਾਅਦ 'ਚ ਤੈਨੂੰ ਹੌਲੀ ਹੌਲੀ ਪਤਾ ਲੱਗੂਗਾ ਉਹ ਸਿਆਣੇ ਕਹਿੰਦੇ ਨੇ ਜਾਂ ਤਾਂ ਰਾਹ ਪਿਆ ਜਾਣੀ ਜਾਂ ਵਾਹ ਪੈ ਗਿਆ ਹੁਣ ਪਤਾ ਲੱਗ ਜੂ ਨਾਲੇ ਉਹ ਇੱਕ ਸਿਆਣੇ ਦੀ ਹੋਰ ਕਹਾਵਤ ਹੈ ਉਹ ਕਹਿੰਦੀ ਹੈ ਵੀ ਜਿਹੜਾ ਅਮੀਰ ਬੰਦਾ ਹੈ ਉਹਦੀ ਜ਼ਿੰਦਗੀ ਬਿਸਕੁਟ ਅਤੇ ਕੇਕ 'ਤੇ ਹੈ ਅਤੇ ਜਿਹੜਾ ਡਰਾਈਵਰ ਬੰਦਾ ਉਹਦੀ ਜ਼ਿੰਦਗੀ ਸਟੇਅਰਿੰਗ ਅਤੇ ਬ੍ਰੇਕ 'ਤੇ ਆ ਬਿਲਕੁਲ 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 ਜੇ ਮਾੜਾ ਜਿਹਾ ਧਿਆਨ ਹੋਇਆ ਤਾਂ ਕਿੰਨੀਆਂ ਜਾਨਾਂ ਨੂੰ ਖਤਰਾ ਹੋ ਸਕਦਾ ਸਾਰਾ ਇਹ ਤੁਹਾਡਾ ਬ੍ਰੇਕ ਦੇ ਉੱਤੇ ਜਿਹੜਾ ਤੁਹਾਡਾ ਸਾਰਾ ਜ਼ਿੰਦਗੀ ਹੈ ਲੋਕਾਂ ਦੀ ਜ਼ਿੰਦਗੀ ਤੁਹਾਡੀ ਬ੍ਰੇਕ ਦੇ ਉੱਤੇ ਹੈ ਤੁਹਾਡੀ ਆਪਣੀ ਵੀ ਜ਼ਿੰਦਗੀ ਬ੍ਰੇਕ ਦੇ ਉੱਤੇ ਮੈਂ ਮੰਨਦਾ ਹਾਂ ਸ਼ੇਰਾ ਪਰ ਮੈਂ ਤੈਨੂੰ ਸੱਚ ਦੱਸਾਂ ਇੱਕ ਜਵੰਦੇ ਨੇ 25 ਸਾਲ 'ਚ ਅੱਜ ਤੱਕ ਇੱਕ ਵੀ ਐਕਸੀਡੈਂਟ ਨਹੀਂ ਕੀਤਾ ਮੈਂ ਕਹਿੰਦਾ ਐਕਸੀਡੈਂਟ ਦੂਰ ਦੀ ਗੱਲ ਆਪਾਂ ਕਦੇ ਬੱਸ ਤੇ ਝਰੀਟ ਨਹੀਂ ਪੈਣ ਦਿੱਤੀ ਯਾਰ ਝਰੀਟ ਵੀ ਨਹੀਂ ਪਈ ਜਮਾ ਹੀ ਨਹੀਂ ਕਮਾਲ ਹੈ ਯਾਰ 25 ਸਾਲਾਂ ਦੇ ਵਿੱਚ ਇੱਕ ਵੀ ਐਕਸੀਡੈਂਟ ਨਹੀਂ ਨਾ ਜਮਾ ਹੀ ਨਹੀਂ ਹੋਰ ਦੱਸ ਤੂੰ ਦੱਸ ਤੂੰ ਜਰਦਾ ਲਾਉਣਾ ਉਹ ਨਹੀਂ ਯਾਰ ਮੈਂ ਜਰਦਾ ਨਹੀਂ ਲਾਉਣਾ ਅੱਛਾ ਅੱਛਾ ਜਿਹੜਾ ਆਪਣਾ ਰੂਟ ਸੀ ਨਾ ਉਹ ਚੰਡੀਗੜ੍ਹ ਤੋਂ ਲੈ ਕੇ ਡਾਬਾ ਵਾਲੀ ਤੱਕ ਸੀ ਠੀਕ ਆ ਤੇ ਹੁਣ ਚੰਡੀਗੜ੍ਹ ਤੋਂ ਲੈ ਕੇ ਡਾਬਾ ਵਾਲੀ ਤੱਕ ਜਿੰਨੇ ਵੀ ਢਾਬੇ ਆਉਂਦੇ ਆ ਸਾਰੇ ਸਾਰੇ ਜਵੰਦੇ ਨੂੰ ਜਾਣਦੇ ਆ ਕਿਸੇ ਮਰਜ਼ੀ ਢਾਬੇ ਤੇ ਜਾ ਕੇ ਕਹਿੰਦੀ ਰੋਟੀ ਖਾਣੀ ਹੈ ਅਗਲਾ ਨਾਲੇ ਰੋਟੀ ਖਵਾਓ ਤੇ ਨਾਲੇ ਜੇ ਰੁਪਿਆ ਵੀ ਮੰਗ ਜਾ ਤੂੰ ਜਵੰਦੇ ਦੇ ਮੂੰਹ ਤੇ ਆ ਕੇ ਸੁੱਕਦੀ ਯਾਰ ਗੱਲ ਦਰਸ਼ਕੋ ਪੁਆਇੰਟ ਨੋਟ ਕੀਤਾ ਜਾਵੇ ਜਵੰਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ 25 ਸਾਲਾਂ ਦੇ ਰਿਕਾਰਡ 'ਚ ਇੱਕ ਵੀ ਐਕਸੀਡੈਂਟ ਨਹੀਂ ਕੀਤਾ ਅਗਰ ਇਹੋ ਜਿਹਾ ਡਰਾਈਵਰ ਮਹਿਕਮੇ ਵਿੱਚ ਹੋਵੇ ਤਾਂ ਐਕਸੀਡੈਂਟ ਨਹੀਂ ਹੋਣਗੇ ਅੱਛਾ ਜਵੰਦਾ ਸਾਹਿਬ ਮੈਨੂੰ ਇਹ ਦੱਸੋ ਤੁਹਾਡੀ ਬੱਸ ਦੇ ਵਿੱਚ ਚੰਗੇ ਮਾੜੇ ਲੁੱਚੇ ਲੰਡੇ ਸਾਰੇ ਚੜ੍ਹਦੇ ਹੋਣਗੇ ਸਾਡੀ ਬੱਸ 'ਚ ਸਾਰੇ ਹੀ ਚੜ੍ਹਦੇ ਆ ਸਾਰੇ ਚੜ੍ਹਦੇ ਆ ਸਾਡੀ ਬੱਸ 'ਚ ਸਾਡੀ ਬੱਸ 'ਚ ਦੇਖੋ ਚੋਰ ਚੱਕਾ ਵੀ ਚੜ੍ਹ ਪੜਦੇ ਫਿਰ ਸਾਧ ਸੂਧ ਵੀ ਚੜ੍ਹ ਜਾਂਦੇ ਫਿਰ ਪੜ੍ਹਨ ਵਾਲੇ ਵੀ ਚੜ੍ਹ ਜਾਂਦੇ ਆ ਵਿਦਿਆਰਥੀ ਤੇ ਫਿਰ ਸਭ ਤੋਂ ਜ਼ਿਆਦਾ ਸਾਨੂੰ ਜਿਹੜੇ ਦੁਖੀ ਕਰਦੇ ਆ ਨਾ ਉਹ ਪਤਾ ਕੌਣ ਕਰਦੇ ਆ ਕੌਣ ਮੁਲਾਜ਼ਮ ਪੁਲਿਸ ਵਾਲੇ ਦੁਖੀ ਬਹੁਤ ਕਰਦੇ ਆ ਨਾ ਹੁਣ ਸਾਡੀ ਹੁੰਦੀ ਹੈ ਬਸ ਨੋਨ ਸਟੋਪ
ਅੱਧ ਜੇ ਚ ਰੋਕ ਲੈਂਦੇ ਆ ਫਿਰ ਸਾਡਾ ਤਾਂ ਟਾਈਮ ਖਰਾਬ ਹੋ ਗਿਆ ਨਾ ਹੁੰਦਾ ਟਾਈਮ ਖਰਾਬ ਹੁੰਦਾ ਦੂਜੇ ਨੰਬਰ ਤੇ ਸਾਨੂੰ ਔਖਾ ਕਰਦੇ ਆ ਪਿੰਡਾਂ ਦੇ ਅਨਪੜ ਲੋਕ ਇਹ ਸਾਲੀ ਬੱਸ ਹੁੰਦੀ ਆ ਡਾਬੇ ਵਾਲੀ ਦੀ ਚੜ ਦਿੰਦੇ ਅੰਮ੍ਰਿਤਸਰ ਵਾਲੀ ਚ ਜਾਂ ਹੁੰਦੀ ਆ ਬਸ ਅੰਮ੍ਰਿਤਸਰ ਵਾਲੀ ਚੜ ਦਿੰਦੇ ਆ ਡਾਬੇ ਵਾਲੀ ਚ ਗੇਟ ਦੇ ਮੂਹਰੇ ਰੋਕੋ ਬੱਚ ਬਈ ਸਾਲਿਓ ਚਾਰ ਪੈਰ ਤੁਰ ਕੇ ਤੁਸੀਂ ਬੱਸ ਸਟੈਂਡ ਦਾ ਜਾ ਵੜੋ ਬੱਸ ਸਟੈਂਡ ਤੋਂ ਚੜਾ ਲਾਂਗੇ ਕਾਲਜ ਦੇ ਮੂਹਰੇ ਹੱਥ ਦਿੰਦੇ ਆ ਜੇ ਬੱਸ ਰੋਕੋ ਤਾਂ ਫਿਰ ਅੰਦਰ ਚੜ੍ਹ ਕੇ ਟਿਕਟ ਨਹੀਂ ਕਟਾਉਂਦੇ ਜੇ ਟਿਕਟ ਮੰਗ ਲਓ ਕਨੈਕਟਰ ਨੂੰ ਕੁੱਟ ਦਿੰਦੇ ਆ ਤੇ ਜੇ ਮੈਂ ਬੱਸ ਨਾ ਰੋਕਾਂ ਫਿਰ ਸਾਲੇ ਬੱਸਾਂ ਦੇ ਬੱਟੇ ਮਾਰਦੇ ਕਨੈਕਟਰ ਦੇ ਜਦੋਂ ਕੁੱਟ ਪੈਂਦੀ ਹੈ ਤੁਹਾਡੇ ਹੀ ਪੈਂਦੀ ਹੋਣੀ ਉਹ ਤੇਰਾ ਦਿਮਾਗ ਹਿੱਲ ਗਿਆ ਯਾਰ ਦਰਸ਼ਨ ਬੱਧਣੀ ਵਾਲਾ ਜਵੰਦੇ ਨੂੰ ਕੋਈ ਹੱਥ ਲਾ ਜੇ ਸਾਂਗ ਨਾ ਦਿਆਂਗੇ ਕਮਾਲ ਕਰੀ ਜਾਂਦਾ ਯਾਰ ਨਹੀਂ ਤੁਹਾਡੇ ਹੱਥ ਹੁੰਦਾ ਅਗਰ ਤੁਸੀਂ ਗੱਡੀ ਨਾ ਰੋਕੋ ਹਾਂ ਤਾਂ ਕਨੈਕਟਰ ਤਾਂ ਬੱਸ ਸਕਦਾ ਬੱਸ ਸਕਦਾ ਹੈ ਪਰ ਜਿਹੜੇ ਵਿਦਿਆਰਥੀ ਹੁੰਦੇ ਨਾ ਸਾਲੇ ਸਭ ਤੋਂ ਪਹਿਲਾਂ ਆ ਕੇ ਮੇਰੀ ਧੌਣ 'ਚ ਹੱਥ ਪਾਉਂਦੇ ਆ ਅੱਛਾ ਹਾਂ ਪਰ ਤੈਨੂੰ ਪਤਾ ਜਵੰਦਾ ਬੱਧਣੀ ਵਾਲਾ ਐਂ ਵੱਢ ਕੇ ਰੱਖ ਦੂ ਵੱਢ ਕੇ ਹੱਥ ਨਹੀਂ ਲਾ ਲਿਆ ਅੱਛਾ ਜਵੰਦਾ ਜੀ ਤੁਹਾਡੀ ਡਰਾਈਵਰਾਂ ਦੀ ਇੱਕ ਗੱਲ ਮਾੜੀ ਹੁੰਦੀ ਹੈ ਤੁਸੀਂ ਸ਼ੀਸ਼ੇ ਦੇ ਵਿੱਚ ਬੜਾ ਤਾੜਦੇ ਹੋ ਮੈਨੂੰ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ ਵਕੀਲ ਉਹ ਯਾਰ ਚੰਡੀਗੜ੍ਹ ਤੋਂ ਡਾਬੇ ਵਾਲੀ ਜਾਣਾ ਹੈ ਕਿਸੇ ਗੱਲ ਨੂੰ ਹੀ ਜਾਵਾਂਗੇ ਕਿਸੇ ਗੱਲ ਨੂੰ ਸਫ਼ਰ ਲੰਘੂਗਾ ਸਾਰਾ ਸ਼ੀਸ਼ੇ ਤਾੜ ਲਈਦਾ ਮਾੜਾ ਮੋਟਾ ਜੇ ਕੋਈ ਸਾਡੇ ਲਈ ਚਾਹ ਪਿਆ ਆਪਾਂ ਮਾੜਾ ਮੋਟਾ ਰਿਸਪੋਂਸ ਚੱਕ ਲਈਏ ਅੱਛਾ ਇਹ ਤਾਂ ਮਤਲਬ ਤੁਸੀਂ ਆਸ਼ਕੀ ਕਰਦੇ ਹੋ ਨਹੀਂ 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 ਯਾਰ ਤੂੰ ਗਲਤ ਮੰਨ ਗਿਆ ਤੂੰ ਸਾਰੀਆਂ ਗੱਲਾਂ ਛੱਡ ਜਰਦਾ ਲਾਉਣਾ ਉਹ ਨਹੀਂ ਹਰ ਲਾਉਣਾ ਮੈਂ ਅੱਛਾ ਉਹ ਤਾਂ ਠੀਕ ਹੈ ਮੈਂ ਆਸ਼ਕੀ ਉਸ਼ਕੀ ਨਹੀਂ ਮਾਰਦਾ ਆਪਾਂ ਤਾਂ ਸਵਾਰੀਆਂ ਦਾ ਧਿਆਨ ਰੱਖੀਦਾ ਪੂਰਾ ਫੁੱਲ ਅੱਛਾ ਹੁਣ ਫਰਜ਼ ਕਰੋ ਕਨੈਕਟਰ ਟਿਕਟ ਕੱਟੀ ਜਾਂਦਾ ਭਾਈ ਕਨੈਕਟਰ ਟਿਕਟ ਕੱਟੀ ਜਾਂਦਾ ਹੁਣ ਜੇ ਅਸੀਂ ਇੱਕਦਮ ਬ੍ਰੇਕ ਮਾਰ ਦਈਏ ਤੇ ਕਨੈਕਟਰ ਜਿਹੜਾ ਉਹ ਬੀਬੀ ਤੇ ਡਿੱਗ ਪਿਆ ਬੀਬੀ ਨੇ ਤਾਂ ਮਾਰਤੀ ਨਾ ਕਨੈਕਟਰ ਦੇ ਸਪੀਡ ਇਸ ਕਰਕੇ ਸਾਨੂੰ ਸ਼ੀਸ਼ੇ 'ਚ ਮਾੜਾ ਮੋਟਾ ਧਿਆਨ ਰੱਖਣਾ ਪੈਂਦਾ ਹੋਰ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਵੀ ਜਿਸ ਤਰ੍ਹਾਂ ਪ੍ਰਾਈਵੇਟ ਬੱਸਾਂ 'ਚ ਗਾਣੇ ਚੱਲਦੇ ਨੇ ਅੱਜ ਕੱਲ੍ਹ ਸਰਕਾਰੀ ਬੱਸਾਂ ਵਿੱਚ ਵੀ ਗੰਦੇ ਗੀਤ ਚੱਲਣ ਲੱਗ ਪਏ ਉਹ ਯਾਰ ਪਹਿਲੀ ਗੱਲ ਤਾਂ ਇਹ ਹੈ ਮੈਂ ਸਾਰੀ ਦੁਨੀਆ ਨੂੰ ਤੇ ਤੈਨੂੰ ਇਹ ਦੱਸ ਦਿਆਂ ਬਈ ਗੀਤ ਗੰਦੇ ਨਹੀਂ ਹੁੰਦੇ ਲੋਕਾਂ ਦੀ ਸੋਚ ਗੰਦੀ ਹੁੰਦੀ ਹੈ ਜਿਹੜੇ ਉਹ ਗੀਤਾਂ ਨੂੰ ਗੰਦੇ ਬਣਾਉਂਦੀ ਹੈ ਆਪਾਂ ਹਰ ਤਰ੍ਹਾਂ ਦਾ ਗੀਤ ਲਾਈਦਾ ਹਰ ਤਰ੍ਹਾਂ ਦਾ ਸੰਗੀਤ ਲਾਈਦਾ ਬੱਸ 'ਚ ਸਵੇਰੇ ਸਵੇਰੇ ਗੁਰਬਾਣੀ ਲਾਈਦੀ ਹੈ ਉਦੋਂ ਮੁੜ ਕੇ ਹਿੰਦੀ ਗੀਤ ਪੰਜਾਬੀ ਗੀਤ ਜਿਹੜਾ ਵੀ ਅਗਲੇ ਨੂੰ ਜਿਵੇਂ ਪਸੰਦ ਹੁੰਦਾ ਉਵੇਂ ਦਾ ਆਪਾਂ ਬੱਸ 'ਚ ਫਿੱਟ ਕਰ ਦਈਦਾ ਚੱਲ ਇੰਨੇ ਕੁ ਨਾਲ ਡੱਬਾ ਵਾਲੀ ਕਦੋਂ ਆ ਗਿਆ ਪਤਾ ਹੀ ਨਹੀਂ ਲੱਗਦਾ ਅੱਛਾ ਇੱਕ ਹੋਰ ਵੀ ਤੁਹਾਡੇ ਸ਼ਿਕਾਇਤ ਹੈ ਤੁਹਾਡੇ ਖਿਲਾਫ਼ ਵੀ ਜਦੋਂ ਤੁਸੀਂ ਬੱਸ ਰੋਕਦੇ ਹੋ ਢਾਬੇ 'ਤੇ ਰੋਕਦੇ ਹੋ ਤੇ ਉਹ ਜਿਹੜੇ ਢਾਬੇ ਦਾ ਮਾਲਕ ਹੁੰਦਾ ਉਹਦੇ ਨਾਲ ਤੁਹਾਡਾ ਕਮਿਸ਼ਨ ਕਰਿਆ ਹੁੰਦਾ ਓਏ ਯਾਰ ਇਹ ਤਾਂ ਯਾਰ ਸ਼ਰੇਆਮ ਨਾ ਸਾਡੇ ਤੇ ਆਰੋਪ ਲਾਏ ਜਾਂਦੇ ਮੈਂ ਤੈਨੂੰ ਸਹੀ ਦੱਸਾਂ ਕੋਈ ਕਮਿਸ਼ਨ ਕਮਿਸ਼ਨ ਨਹੀਂ ਹੁੰਦਾ ਹੁਣ ਜੀਰਕਪੁਰ ਤੋਂ ਲੈ ਕੇ ਢਾਬੇ ਵਾਲੀ ਤੱਕ ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ ਜਵੰਦਾ ਕੌਣ ਹੈ ਹਾਂ ਸੁਣਦੇ ਹੋ ਮੇਰੀ ਗੱਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਿਆ ਕਰੋ ਐਂ ਚੰਗੇ ਨਹੀਂ ਲੱਗਦੇ ਤੇ ਜਿਹਨੂੰ ਮਰਜ਼ੀ ਪੁੱਛ ਲਿਓ ਜਵੰਦਾ ਕੌਣ ਹੈ ਅਗਲ ਨਾਲੇ ਰੋਟੀ ਖਵਾਓ ਤੇ ਨਾਲੇ ਅਗਲਾ ਪੈਸੇ ਨਹੀਂ ਮੰਗਦਾ ਹੁਣ ਦੱਸੋ ਇਹ 'ਚ ਕੀ ਕਮਿਸ਼ਨ ਹੈ ਅੱਛਾ ਮੈਨੂੰ ਇਹ ਦੱਸੋ ਜਵੰਦਾ ਸਾਹਿਬ ਵੀ ਜਿਹੜੀ ਰੋਡਵੇਜ਼ ਦੀ ਬੱਸਾਂ ਦੀ ਜਿਹੜੀ ਹਾਲਤ ਹੈ ਉਹ ਇੰਨੀ ਮਾੜੀ ਕਿਉਂ ਹੈ ਹੁਣ ਤਾਂ ਗੀਤ ਵੀ ਤੁਹਾਡੇ ਤੇ ਬਣ ਗਏ ਆ ਕੇ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਇਹਦੀ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀ ਹੈ ਲੰਮੇ ਸਫ਼ਰ ਤੇ ਜਾਣਾ ਜਾ ਕੇ ਲੋਕ ਰਹਿਣੀ ਹੈ ਉਹ ਗੀਤ ਤਾਂ ਸਾਡੇ ਤੇ ਬਣਦੇ ਆ ਸਾਨੂੰ ਮਾਣ ਵਾਲੀ ਗੱਲ ਹੈ ਯਾਰ ਇਹ 'ਚ ਬੇਇੱਜ਼ਤੀ ਥੋੜੀ ਹੁੰਦੀ ਹੈ ਪਰ ਇਹ ਤਾਂ ਬੇਇੱਜ਼ਤੀ ਵਾਲੇ ਗੀਤ ਨੇ ਫਿਰ ਤੂੰ ਜਰਦਾ ਲਾ ਲੈ ਉਹ ਨਹੀਂ ਲਾਉਣਾ ਯਾਰ ਮੈਂ ਜਰਦਾ ਮੇਰੀ ਗੱਲ ਸੁਣ ਮੈਂ ਤੈਨੂੰ ਸਹੀ ਦੱਸਾਂ ਜਿਹੜੇ ਸਰਕਾਰੀ ਬੱਸਾਂ ਦੀ ਹਾਲਤ ਜਿਹੜੀ ਖਰਾਬ ਹੋਈ ਹੈ ਇਹਦੇ ਪਿੱਛੇ ਮੁੱਖ ਕਾਰਨ ਸਾਡਾ ਨਹੀਂ ਗਾ ਇਹ ਸੋਚੀ ਸਮਝੀ ਰਾਜਨੀਤੀ ਹੈ ਖਾਸ ਤੌਰ 'ਤੇ ਆਪਣੇ ਪੰਜਾਬ ਦੀ ਰਾਜਨੀਤੀ ਅੱਛਾ ਹੁਣ ਸਰਕਾਰੀ ਬੱਸ ਦਾ ਮੰਦਾ ਹੱਲ ਕਰ ਦਿੰਦੇ ਆ ਠੀਕ ਹੈ ਕਰਤਾ ਮੰਦਾ ਹੱਲ ਸੁਣਦੇ ਮੇਰੀ ਗੱਲ ਕਿਵੇਂ ਹੁੰਦਾ ਹਾਂ ਸਰਕਾਰੀ ਬੱਸ ਦਾ ਮੰਦਾ ਹੱਲ ਕਰ ਦਿੰਦੇ ਆ ਕਿਉਂ ਕਿਉਂਕਿ ਮੰਤਰੀਆਂ ਦੀਆਂ ਆਪਦੀਆਂ ਪ੍ਰਾਈਵੇਟ ਬੱਸਾਂ ਪਾਈਆਂ ਹੋਈਆਂ ਨੇ ਆਪਦੀਆਂ ਪ੍ਰਾਈਵੇਟ ਬੱਸਾਂ ਨੂੰ ਵੱਧ ਚਲਾਉਂਦੇ ਆ ਸਰਕਾਰੀ ਦਾ ਬੇੜਾ ਗਰਕ ਕਰਤਾ ਇਹਨਾਂ ਇਹਨਾਂ ਦੀ ਕੋਈ ਸਰਵਿਸ ਵੀ ਕਰਾਉਂਦੇ ਟਾਈਮ 'ਤੇ ਜਮਾ ਹੀ ਨਹੀਂ ਮੈਂ ਕਹਿੰਦਾ ਤੇਲ ਵੀ ਕਈ ਵਾਰੀ ਰਾਹ 'ਚ ਹੀ ਮੁੱਕ ਜਾਂਦਾ ਹੈ ਇਹਦੇ ਮਾੜੇ ਹਾਲ ਹੋਏ ਪਏ ਆ ਇਹਦਾ ਮਤਲਬ ਟਾਈਮ ਸਿਰ ਸਰਵਿਸ ਵੀ ਨਹੀਂ ਕਰਵਾਉਂਦੇ ਤਾਂ ਕਰਕੇ ਜਿਹੜੀ ਹਾਲਤ ਮਾੜੀ ਹੋਈ ਮੈਂ ਕਹਿੰਦਾ ਬਾਹਲੀ ਮਾੜੀ ਹੋਈ ਪਈ ਹੈ ਮੈਂ ਤੈਨੂੰ ਦੱਸਦਾ ਦੋਸਤਾ ਜਿਹੜੇ ਮੰਤਰੀ ਲੋਕ ਨੇ ਜੇ ਇਹ ਰੋਡਵੇਜ਼ ਨੂੰ ਸਾਫ਼ ਸੁਥਰਾ ਕਰ ਦੇਣ ਇਹਨਾਂ ਦੀ ਪ੍ਰਾਈਵੇਟ ਬੱਸਾਂ ਕਿਵੇਂ ਚੱਲਣ ਹੋਰ ਜਿਹੜੀ ਰੋਡਵੇਜ਼ ਦੇ ਟਾਈਮ ਹੈ ਇਹ ਜਮਾਂ ਬੇਟਾਈਮ ਹੈ ਜਮਾਂ ਬੇਟਾਈਮ ਹੈ ਪ੍ਰਾਈਵੇਟ ਬੱਸ ਚੱਲਦੀ ਹੈ ਟਾਈਮ 'ਤੇ ਜਦੋਂ ਸਵਾਰੀ ਦਾ ਟਾਈਮ ਹੁੰਦਾ ਸੋਚ ਕੇ ਵੇਖ ਸਵੇਰੇ 7 ਵਜੇ 8 ਵਜੇ ਗਰਮੀਆਂ ਦੇ ਦਿਨਾਂ 'ਚ ਬਹੁਤ ਭੀੜ ਹੁੰਦੀ ਬਹੁਤ ਭੀੜ ਹੁੰਦੀ ਨਾ ਉਦੋਂ ਪ੍ਰਾਈਵੇਟ ਬੱਸ ਜਾਂਦੀ ਹੈ ਹੈ ਅਤੇ ਜਦੋਂ ਦੁਪਹਿਰੇ 1-2 ਵਜੇ ਜੇਠ ਹਾੜਦੀ ਹੈ ਤਾਂ ਪਚਕਾਉਣ ਨਿਕਲਦਾ ਕਰੋ
ਨਿਕਲਦਾ ਕੋਈ ਤੇ ਉਦੋਂ ਫਿਰ ਰੋਡਵੇ ਦਾ ਟਾਈਮ ਹੈ। ਉਹੀ ਠੰਡਾ 'ਚ ਜਦੋਂ ਧੁੰਦ ਹੁੰਦੀ ਆ ਉੱਥੇ ਰੋਡਵੇ ਦਾ ਟਾਈਮ ਹੁੰਦਾ, ਜਦੋਂ ਦਿਨ ਲੱਗ ਖੜਦਾ ਉੱਥੇ ਪ੍ਰਾਈਵੇਟ ਬੱਸਾਂ ਦਾ ਟਾਈਮ ਹੁੰਦਾ। ਇਹ ਰੋਡਵੇ ਦਾ ਤਾਂ ਬੇੜਾ ਗਰਕ ਕਰਤਾ ਇਹਨਾਂ ਨੇ, ਮੈਂ ਤੈਨੂੰ ਸਹੀ ਦੱਸਾਂ ਰੋਡਵੇਜ ਵਾਲੇ ਤਾਂ ਵਿਚਾਰੇ 10-10, 5-5 ਕਦੇ ਤਾਂ ਕੋਈ ਹੁੰਦਾ ਹੀ ਨਹੀਂ ਬੱਸ 'ਚ, ਅਤੇ ਬੱਸ ਐਂ ਲਿਜਾਣੀ ਪੈਂਦੀ ਆ ਕਦੇ ਚੰਡੀਗੜ੍ਹੋਂ ਡੱਬਾ ਵਾਲੀ। ਉਹ ਕਦੇ ਕਦੇ ਤਾਂ ਤੇਲ ਵੀ ਨਹੀਂ ਪੂਰਾ ਹੁੰਦਾ, ਤੇਲ ਦੇ ਵੀ ਘਾਟੇ ਪਈ ਜਾਂਦੇ ਨੇ, ਤਾਂ ਹੀ ਉਹ ਤਾਂ ਰੋਡਵੇਜ ਨੂੰ ਘਾਟੇ ਪੈਂਦੇ ਨੇ। ਉਹ ਹੋਰ ਸੁਣ ਸ਼ੇਰਾ, ਇਹ ਜਿਹੜੀਆਂ ਬੱਸਾਂ ਨੇ ਨਾ ਇਹਨਾਂ ਦੀਆਂ, ਜਰ ਇੱਥੇ ਚੁੱਕਣਾ ਯਾਰ ਤੂੰ, ਉਹ ਚੱਲ ਕੋਈ ਨਹੀਂ ਕਿੱਡੀ ਗੱਲ ਹੈ, ਇਹ ਜਿਹੜੀਆਂ ਇਹਨਾਂ ਦੀਆਂ ਬੱਸਾਂ ਨੇ ਨਾ ਪ੍ਰਾਈਵੇਟ, ਇਹ ਬਿਨਾਂ ਪਰਮਿਟ ਤੋਂ ਚੱਲਦੀਆਂ। ਇਹ ਗੱਲ ਜਾਂ ਤਾਂ ਸਾਨੂੰ ਪਤਾ ਅਤੇ ਜਾਂ ਇਹਨਾਂ ਨੂੰ ਆਪ ਨੂੰ ਪਤਾ, ਪਰ ਕਿਹੜਾ ਬੋਲੇ ਇਹਨਾਂ ਦੇ ਖਿਲਾਫ, ਹੋਰ ਤਾਂ ਹੋਰ ਸਾਲੇ ਸਾਡੀਆਂ ਸਵਾਰੀਆਂ ਚੱਕ ਕੇ ਲੈ, ਅਤੇ ਜੇ ਮਾੜਾ ਮੋਟਾ ਬੰਦਾ ਬੋਲਦਾ ਵੀ ਸਾਡੀ ਸਵਾਰੀ ਕਾਹਤੋਂ ਚੱਕੀ, ਫਿਰ ਸਾਲੇ ਸਾਡੇ ਨਾਲ ਲੜਦੇ ਨੇ ਹੈ, ਫਿਰ ਜੇ ਇਹਨਾਂ ਦੀ ਮਾਰ ਕੁੱਟ ਕਰ ਦਈਏ ਤਾਂ ਸਾਨੂੰ ਰਾਤੋਂ ਰਾਤ ਪਤਾ ਹੀ ਨਹੀਂ ਲੱਗਦਾ ਕਿੱਥੇ ਗਾਇਬ ਕਰਾ ਦਿੰਦੇ। ਯਾਰ ਸਮਾਨ ਦੀ ਗੱਲ ਹੈ, ਇਹ ਤਾਂ ਸ਼ਰੇਆਮ ਤੱਕ ਹੈ, ਤਾਂ ਨਾ ਇਨਸਾਫੀ ਹੈ। ਹਾਂ ਨਾ ਇਨਸਾਫੀ ਹੈ, ਪਰ ਕੌਣ ਬੋਲੇ ਇਹਨਾਂ ਦੇ ਖਿਲਾਫ, ਸਰਕਾਰ ਇਹਨਾਂ ਦੀ, ਕਾਨੂੰਨ ਇਹਨਾਂ ਦਾ, ਬੱਸਾਂ ਇਹਨਾਂ ਦੀਆਂ, ਕਿਹੜਾ ਬੋਲੇ। ਓਏ ਸਾਨੂੰ ਤਾਂ ਇਹੀ ਡਰ ਲੱਗਿਆ ਰਹਿੰਦਾ ਜੇ ਮਾੜਾ ਮੋਟਾ ਬੋਲ ਪਏ ਹੋਰ ਨਾ ਸਾਲੇ ਕਿਤੇ ਸਸਪੈਂਡ ਹੀ ਕਰਾ ਦੇ। ਅੱਛਾ ਜਮੰਦਾ ਸਾਹਿਬ, ਮੈਨੂੰ ਇਹ ਦੱਸੋ, ਤੁਸੀਂ ਜਿਹੜੇ ਬਜ਼ੁਰਗ ਨੇ, ਬਜ਼ੁਰਗ ਔਰਤਾਂ, ਬਜ਼ੁਰਗ ਬਾਬੇ, ਉਹਨਾਂ ਨੂੰ ਬਿਠਾ ਕੇ ਘੱਟ ਹੀ ਰਾਜ਼ੀ ਹੋ, ਕਿਉਂਕਿ ਉਹਨਾਂ ਦਾ ਅੱਧਾ ਕਿਰਾਇਆ ਹੁੰਦਾ ਹੈ। ਬਿਲਕੁਲ ਬਿਲਕੁਲ ਗਲਤ ਗੱਲ ਹੈ, ਇਹ ਸਾਡੇ 'ਤੇ ਆਰੋਪ ਲਾਏ ਜਾਂਦੇ ਨੇ, ਅਸੀਂ ਕਿਸੇ ਨੂੰ ਰੋਕਿਆ ਨਹੀਂ ਵੀ ਸਾਡੀ ਬੱਸ 'ਚ ਨਾ ਚੜੋ, ਇਹ ਤਾਂ ਯਾਰ ਲੋਕ ਆਪ ਹੀ ਘੱਟ ਗਏ, ਕਿਉਂਕਿ ਬੱਸਾਂ ਦੇ ਹਾਲਾਤ ਨਹੀਂ ਚੰਗੇ ਭਾਈ। ਹੁਣ ਠੰਡ ਹੁੰਦੀ ਹੈ, ਅੱਜ ਕੱਲ੍ਹ ਦੀਆਂ ਠੰਡਾਂ 'ਚ ਸਮਝ ਲਾ, ਹੁਣ ਲੋਕ ਜਿਹੜੇ ਆ ਬੱਸਾਂ 'ਚ ਕਿਵੇਂ ਚੜ੍ਹ ਜਾਣ, ਬੱਸਾਂ ਦੇ ਸ਼ੀਸ਼ੇ ਟੁੱਟੇ ਹੁੰਦੇ ਆ, ਠਰ ਠਰ ਕਰਦੀ ਹਵਾ ਮੂੰਹ ਨੂੰ ਵੱਜਦੀ ਹੈ, ਘਰ ਜਾ ਕੇ ਵੀ ਐਂ ਕਹਿੰਦੇ ਰਹਿੰਦੇ ਆ ਮੇਰੇ ਦਿਮਾਗ 'ਚ ਤਾਂ ਰੋਡਵੇ ਦੀ ਬੱਸ ਵੱਜਦੀ ਹੈ, ਮੇਰੇ ਦਿਮਾਗ 'ਚ ਹੈ। ਹੋਰ ਤਾਂ ਹੋਰ ਸ਼ੇਰਾ, ਇਹ ਉਲਟੀਆਂ ਲੱਗ ਜਾਂਦੀਆਂ, ਨਲੀਆਂ ਲੱਗ ਜਾਂਦੀਆਂ ਹੈ, ਬੱਸ 'ਚ ਉਲਟੀ ਕਰ ਦਿੰਦੇ ਆ, ਸਾਨੂੰ ਸਿੱਧੇ ਹੋ ਕੇ ਉਹਨਾਂ ਦੀ ਉਲਟੀ ਸਾਫ਼ ਕਰਨੀ ਪੈਂਦੀ ਹੈ। 25 ਸਾਲ ਦੇ ਰਿਕਾਰਡ ਦੇ ਵਿੱਚ ਤੁਸੀਂ ਅੱਜ ਤੱਕ ਐਕਸੀਡੈਂਟ ਨਹੀਂ ਕੀਤਾ, ਤੁਹਾਨੂੰ ਤਾਂ ਸਨਮਾਨਿਤ ਕਰਨਾ ਚਾਹੀਦਾ। ਉਹ ਕਿੱਥੇ ਸਨਮਾਨ ਕਰਦੀ ਹੈ ਸਰਕਾਰ ਯਾਰ, ਸਰਕਾਰ ਤਾਂ ਉਹੀ ਮਾੜੇ ਮੋਟੇ ਲੋਟਰੂਆਂ ਪੋਟਰੀਆਂ ਜਿਹਨੂੰ ਸਨਮਾਨ ਕਰੀ ਜਾਂਦੀ ਹੈ, ਸਾਡੇ ਵਰਗੇ ਨੂੰ ਤਾਂ ਸਨਮਾਨ ਹੀ ਨਹੀਂ ਕੀਤਾ, ਮਾੜੇ ਬੰਦੇ ਨੂੰ ਸਨਮਾਨ। 25-30 ਕੇਸਾਂ ਦੇ ਵਿੱਚੋਂ ਮੈਂ ਜਮਾਂ ਬਰੀ ਹੋਇਆ। ਹਾਂ 25-30 ਬੰਦੇ ਮੇਰੀ ਬੱਸ ਥੱਲੇ ਆ ਗਏ ਸੀ ਨਾ, 25-30 ਬੰਦੇ ਤੁਹਾਡੀ ਬੱਸ ਥੱਲੇ ਆ ਕੇ ਮਰੇ ਨੇ। ਹਾਂ ਹੁਣ ਤਾਂ ਤੁਸੀਂ ਕਹਿ ਰਹੇ ਸੀ ਕਿ ਮੇਰਾ ਐਕਸੀਡੈਂਟ ਨਹੀਂ ਹੋਇਆ। ਓਹੋ ਯਾਰ, ਉਹ ਤਾਂ ਪਿੱਛੋਂ ਆ ਕੇ ਵੱਜ ਗਿਆ ਸਾਡੀ ਬੱਸ 'ਚ, ਉਹ ਥੋੜ੍ਹੀ ਐਕਸੀਡੈਂਟ ਹੁੰਦਾ। ਐਕਸੀਡੈਂਟ ਤਾਂ ਉਹ ਹੁੰਦਾ ਜਿਹੜਾ ਇੱਧਰੋਂ ਸਾਹਮਣੇ ਜਮਾਂ ਐਂ ਟੱਕਰ ਵੱਜੇ, ਉਹ ਹੁੰਦਾ। 25-30 ਬੰਦੇ ਤੁਹਾਡੀ ਬੱਸ ਥੱਲੇ ਆ ਕੇ ਮਰੇ, ਉਹ ਕਿੱਦਾਂ? ਓ ਯਾਰ ਉਹ ਵੀ ਮੈਂ ਤੈਨੂੰ ਦੱਸ ਦੂੰ, ਪਹਿਲਾਂ ਤਾਂ ਨਾ ਮੈਂ ਤੈਨੂੰ ਸੱਚ ਦੱਸਾਂ, ਇੱਕ ਬ੍ਰੇਕ ਲੈ ਲਾ, ਮੇਰੇ ਕਾਰਡ ਲਾਉਣ ਦਾ ਟਾਈਮ ਹੋ ਗਿਆ। ਸੋ ਦਰਸ਼ਕੋ, ਲੈਂਦਾ ਇੱਕ ਛੋਟਾ ਜਿਹਾ ਬ੍ਰੇਕ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੱਚ ਦੀ ਅਦਾਲਤ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਅਤੇ ਜਮੰਦਾ ਜੀ ਤੁਹਾਡਾ ਨਹੀਂ, ਕਿਉਂ? ਕਿਉਂਕਿ ਤੁਸੀਂ ਨੇ 20-25 ਬੰਦੇ ਮਾਰਤੇ, ਤੁਸੀਂ ਉਹਨੂੰ ਐਕਸੀਡੈਂਟ ਹੀ ਮੰਨ ਰਹੇ। ਵੀਰੇ ਇਹ 'ਚ ਸਾਡਾ ਕੋਈ ਕਸੂਰ ਨਹੀਂ ਹੁੰਦਾ, ਮੈਂ ਤੈਨੂੰ ਸਹੀ ਦੱਸਾਂ, 20-25 ਬੰਦੇ ਤਾਂ ਕੱਲੇ ਕਾਗਜ਼ਾਂ 'ਚ ਆਏ ਆ, ਬੱਸ ਥੱਲੇ ਤਾਂ ਮੇਰੀ 1000 ਬੰਦੇ ਆ ਗਏ, ਆਪਾਂ ਕਿਹੜਾ ਕਦੇ ਗਿਣੇ ਆ। ਮੈਂ ਤੈਨੂੰ ਸਹੀ ਦੱਸਾਂ, ਜਿਹੜੇ ਲੋਕ ਹੈ ਨਾ, ਉਹ ਸੜਕ ਨੂੰ ਸਾਲੇ ਵੀਡੀਓ ਗੇਮ ਹੀ ਸਮਝਦੇ ਹੈ। ਜਿਵੇਂ ਵੀਡੀਓ ਗੇਮ 'ਚ ਨਹੀਂ ਵੱਡੀ ਜੀ ਬੱਸ ਹੁੰਦੀ ਹੈ, ਮਗਰ ਉਹ ਛੋਟੀ ਜਿਹੀ ਗੱਡੀ ਲਿਆ ਕੇ ਆਇਆ, ਭਜਾਈ ਜਾਂਦਾ ਹੁੰਦਾ ਹੈ, ਭਜਾਈ ਜਾਂਦਾ ਮੁੜ ਕੇ ਥੱਲੇ ਵੜ ਦਿੰਦਾ, ਉਹ 'ਚ ਸਾਡਾ ਕੀ ਕਸੂਰ ਹੈ ਜੇ ਕੋਈ ਮਗਰੋਂ ਆ ਕੇ ਬੱਸ ਦੇ ਅੰਦਰ ਵੜ ਗਿਆ। ਵੈਸੇ ਵੀ ਇੱਕ ਸਿਆਣੇ ਦੀ ਕਹਾਵਤ ਹੈ, ਕੁੱਤਾ ਭਈਆ ਅਤੇ ਜਨਾਨੀ ਐਕਸੀਡੈਂਟ ਦੀ ਨਿਸ਼ਾਨੀ। ਜਿਵੇਂ ਇਹ 3 ਬੰਦੇ ਐਕਸੀਡੈਂਟ ਕਰਾਉਂਦੇ ਆ, ਕੋਈ ਨਹੀਂ ਕਰਾਉਂਦਾ। ਹੁਣ ਜਨਾਨੀਆਂ ਜਿਹੜੀਆਂ ਇਹ ਲੈ ਲੈਂਦੀਆਂ ਸਕੂਟੀਆਂ, ਉਹ ਜਿਹੜੀ ਆਵਾਜ਼ ਵੀ ਨਹੀਂ ਕਰਦੀਆਂ, ਸਕੂਟੀਆਂ ਲੈ ਲੈਂਦੀਆਂ ਨੇ। ਹੁਣ ਸਕੂਟੀ ਦੀ ਜਿੱਡੀ ਮਰਜ਼ੀ ਤਕੜੀ ਬ੍ਰੇਕ ਹੋਵੇ, ਜਨਾਨੀ ਨੇ ਜਿਹੜੀ ਸਕੂਟੀ ਆ ਉਹ ਪੈਰਾਂ ਨਾਲ ਹੀ ਰੋਕਣੀ, ਪੈਰਾਂ ਨਾਲ ਰੋਕਦੀਆਂ ਸਕੂਟੀਆਂ। ਹੁਣ ਇੱਕ ਮਾਸਟਰ ਨੇ ਸਕੂਟੀ 'ਤੇ ਜਾਈ ਜਾਵੇ, ਆ ਕੇ ਮੇਰੀ ਬੱਸ ਮੂਹਰੇ ਖੜਾ ਤੀ ਸਕੂਟੀ, ਪੈਰਾਂ 'ਤੇ ਬ੍ਰੇਕ ਲਾ ਤੀ, ਹੁਣ ਆ ਗਈ ਬੱਸ ਥੱਲੇ, ਆਪਾਂ ਤਾਂ ਨਾਲ ਦੀ ਨਾਲ ਬ੍ਰੇਕ ਮਾਰਤੀ। 2 ਕਿਲੋਮੀਟਰ 'ਤੇ ਜਾ ਕੇ ਵੇਖਿਆ ਮਾਸਟਰ ਨੇ ਟਾਇਰਾਂ ਨਾਲ ਲਿਪਟੀ ਹੋਈ, ਆਪਾਂ ਲਾ ਲਈ, ਨਾਲ ਦੀ ਨਾਲ ਮੈਨੂੰ ਫੜ ਕੇ ਠਾਣੇ ਲੈ ਗਏ। ਆਪਾਂ 1 ਮਹੀਨੇ ਬਾਅਦ ਜਮ੍ਹਾਂ 'ਚ ਬਰੀ ਹੋ ਗਏ, ਜਮ੍ਹਾਂ ਐਂ ਕੋਹਰੇ ਬਰੀ ਹੋ ਗਏ। ਮਾਸਟਰ ਨੇ ਮਾਰਤੀ ਔਰ 2 ਕਿਲੋਮੀਟਰ 'ਤੇ ਜਾ ਕੇ ਬੱਸ ਰੋਕੀ, ਤੈਨੂੰ ਸ਼ਰਮ ਹੋਣੀ ਚਾਹੀਦੀ ਤੀ। ਸ਼ਰਮ ਮੈਨੂੰ ਕਿਉਂ ਨਹੀਂ ਚਾਹੀਦੀ ਸੀ, ਬੱਸ ਦੀ ਬ੍ਰੇਕ ਹੀ ਹੈ ਨਹੀਂ ਸੀ, ਆਪਾਂ ਤਾਂ ਬ੍ਰੇਕ ਉਦੋਂ ਹੀ ਮਾਰਤੀ ਸੀ ਜਦੋਂ ਮਾਸਟਰ ਨੇ ਥੱਲੇ ਆਈ, ਆਪਾਂ ਬ੍ਰੇਕ ਮਾਰਤੀ, 2 ਕਿਲੋਮੀਟਰ 'ਤੇ ਜਾ ਕੇ ਬੱਸ ਰੋਕ ਗਈ। ਕਮਾਲ ਦੀ ਗੱਲ ਹੈ ਯਾਰ, ਫਿਰ ਬੱਸਾਂ ਚੱਲਦੀਆਂ ਕਿਹਦੇ ਆਸਰੇ ਨੇ? ਰੱਬ ਆਸਰੇ ਚੱਲਦੀਆਂ, ਰੱਬ ਆਸਰੇ ਚੱਲਦੀਆਂ ਸਾਡੀਆਂ ਬੱਸਾਂ ਤਾਂ। ਮੈਂ ਤੈਨੂੰ ਸਹੀ ਦੱਸਾਂ, ਰੋਡਵੇ ਦੀਆਂ ਜਿਹੜੀਆਂ ਬੱਸਾਂ ਹੁੰਦੀਆਂ ਨੇ, ਇਹਨਾਂ 'ਚ ਜੇ ਬ੍ਰੇਕਾਂ ਬਰੂਕਾਂ ਚੰਗੀ ਤਰ੍ਹਾਂ ਫਿੱਟ ਕਰਾ ਕੇ ਰੱਖਣੇ, ਇੰਨੇ ਐਕਸੀਡੈਂਟ ਨਾ ਹੋਣ। ਅਤੇ ਵੈਸੇ ਵੀ ਇਹ 'ਚ ਤਾਂ ਮੈਂ ਤੈਨੂੰ ਸਹੀ ਦੱਸਾਂ, ਸਾਰੀ ਗਲਤੀ ਮਾਸਟਰਨੀ ਦੀ ਸੀ। ਮਾਸਟਰਨੀ ਨੇ ਹੈਲਮਟ ਨਹੀਂ ਪਾਇਆ ਸੀ, ਉਦੋਂ ਮੁੜ ਕੇ ਮੈਂ ਬਰੀ ਹੋ ਗਿਆ। ਵੀ ਜੇ ਹੈਲਮਟ ਮਾਸਟਰਨੀ ਦੇ ਪਾਇਆ ਹੁੰਦਾ, ਫਿਰ ਉਹਦੀ ਮੌਤ ਨਹੀਂ ਹੋਣੀ ਸੀ, ਇਸ ਕਰਕੇ ਮੈਨੂੰ ਬਰੀ ਕਰਤਾ ਜਮਾਂ। ਸਾਰੀ ਮਾਸਟਰਨੀ ਦੀ ਗਲਤੀ ਸੀ, ਆਪਣੀ ਕੋਈ ਗਲਤੀ ਨਹੀਂ ਸੀ ਵੀਰੇ 'ਚ। ਹੋਰ ਦੱਸ, ਤੂੰ ਜਰਦਾ ਲਾਉਣਾ? ਨਹੀਂ ਲਾਉਣਾ ਕੁੱਪਰੇ।
अच्छा चंगा ना खा, होर मैं तेन दस दा ये जनानिया तो बाद बारी आँदी बइया की, ये बइये जिन्हें एक्सीडेंट कराते हैं ना उन्हें साला माता पिता कराते ही कोई नहीं। तो बइया जदों साइकिल से चढ़ के बाहर निकल है ना समझ ला बइये की मौत आ गई। बइये एडे गंदे होंगे है, जमा इधर नहीं वेखते उधर नहीं वेखते, सड़क से जमा बचाले आके साइकिल खड़ा देंगे है। तेनू शायद पता नहीं गा छड़ी रोडवे दे जिन्ने भी ड्राइवर है कल्ले कल्ले ड्राइवर नू दस बइया दे खून माफ है। हाँ और बइया तो बाद आ गई बारी कुत्तियां दी, कुत्ते जड़े होंदे मैनू सड़ी अज तक नहीं पता लगी, मेरी बस तले हुण हजारां ही कुत्ते मरे आ, मैनू अज तक ये गल नहीं पता लगी भी जिहड़ा कुत्ता होंदा है वह सड़क के एक पासे तो लैके दूजे पासे करन की जांदा यार, जमा ही पता ही नहीं लगता कुत्ता करन की जांदा। होर दस जो बस भजी जाती है ना मेरे साले नाल बस के टायरां नाल वाह 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 करदे मगर तुरे फिरदे, पता नहीं लगता क्यों। तुहाडे मगर जिहड़े कुत्ते ने तुहाडी बसां दे मगर इस करके पैंदे ने वह अपने साथियों की मौत का बदला लैण वास्ते, वह अपने साथियों की मौत का बदला लैके की कर लैणगे यार, सानू अंदर करा देणगे कुत्ते, लै कतीड़ हुण सानू अंदर कराऊगी जा यार, की गल करदा होर दस तू जरदा लाउणा किन्नी वारी कहता यार तू मैं मुड़के जे गल कही ना मैं तेन बाहर कर दू तेन मैं फिर कितनी गल है यार कुछ खान नहीं पुछे आप खान का तो पी जाना तू यार। होर मैं तेन दसा ये जेडे एक दो वारी तो बंदे जेडे साडी गड्डी थले आए है उन्हों की जून ही कट्टी गई, पिछे जे मेरी गड्डी थले एक शराबी आ गया, हुण जो शराबी गड्डी थले आ गया वह मर गया, मरना ही सी फिर उस में शरेआम बरी हो गया, जो केस दर्ज होया उतों पता लग्या भी जो शराबी है वह टायर थले नहीं मरिया, होर कि मरिया वो जरा मरिया है शराबी वो डब्ब च बोतल दी हुई सी, जो एक्सीडेंट होया वो बोतल का कच वे ढिड च बढ़ गया, वो घर देता मैं सन्मान कर फिरते भी चंगा होया साढ़े शराबी की जून बढ़ती होर की। अच्छा जेडे एक्सीडेंट ने तोरे कुत्ता भैया जनानी इन्हों तो बिना भी होर कोई बस थले बथेरे बथेरे जट जट बंदे सब तो ज्यादा एक्सीडेंट का कारण बनते हैं, तेन पता है जट हूँ जट ने गड्डी कदों क्ढनी है, जड़ा रोज चला तो हिसाब होंगे पर जेड़े ये कल भोगते ब्याह से शादी से गड्डी क्ढण गए सड़क से फिर जट बाद इन्ह ने विखा हों पूरा ऐन टका के 160 से गड्डी पहुँचाते 160 से फिर वह गड्डी वीडियो गेम वागू मगर साड़ी बस से बढ़ती है, फिर उस साडा की कसूर है यार है साडा कोई कसूर है तू आप दस सियाना बाकी होर दस तू जरदा लाना। वो मैं तेन किन्नी बारी कहता मैं जरदा नहीं खाता यार, वो खाता नहीं होंगे मेरे लाँदा होंगे इतने बुल हेठा इतने अगर लाइ माड़ा मोटा स्वाद बहुत आता ला के वेखी कदम। होर मैं तेन दसदा ये जी नवी मढ़ीर है ना अजक की पाड़े जे ये गड्डिया है लशका लशकू के पूरी 80 दी 100 दी 120 दी 140 दी स्पीड से गड्डिया भजाते हैं सड़कों पर। अच्छा हाँ हुण पुछ क्यों ना इन्ना तेज क्यों इन्हों काली काली हुंदी है, इन्हों काली हुंदी है कुड़िया दे कालजा दा टाइम चकन दी, हुण कुड़िया दे कालजा दी छुट्टी 2 बजे है, इन्होंने 2 बजे माँ दे पुत्त ने लिशक लिशक उत्थे पहुँचना हुंदा है इस करके तेज चलाउंदे ने फिर आउंदे ने साडी गड्डी हेठा है साडी बस हेठा फिर कहणगे रोडवे दा ड्राइवर माड़ा है, वह कोई ड्राइवर ड्रूवर माड़ा नहीं हुंदा, ये जिहड़ी मंडीर है अजकल गड्डी चलाउंदी है चिट्टा ला के दारूआ पी के समायक ला के वड्डे शहर तां बड़ा माड़ा हाल है भाई। अच्छा मैं ये दसो जमंदा साहब ती शराब पीने हो ये मतलब सवाल किया है कि इनविटेशन दिता है तो मेरे बुढ़े का बैर रखा तेन इनविटेशन दूंगा मैं नहीं नहीं जे तो सवाल किया फिर तो आप नहीं पीते तो जे पूछा फिर लिया माड़ी शराब पीने पी ली नहीं है कदे कदे, हम देखो यार एडा वड्डी बस चलाउणी है एडे मतलब मौतों का सामना करना पैंदा है जेरे वाले बंदे दा ही काम है तो जेरा तुहानू पता माड़े मोटे पैग लाग ही बनदा है। जिहड़ा जीरकपुर तो लैके दाबाड़ी तक रोड है ये बहुत बिजी रोड है कोई राह ही नहीं दिंदा पर सानू दिंदे आ किद्दां साडे बस दियां ब्रेकां नहीं ना हुंदियां सानू राह दिंदे आ इन्हां नू पता है भी इस बस की ब्रेक है नहीं इन्हां नू चुप करके राह दे दो और वैसे भी आपां तां वीरे सारी सवारियां नू रब दी लड़ लईदा सारी सवारियां नू वाहिगुरु वाहिगुरु करा के हटीदी आ ठीक है जदों बस आपां मोड़दे आ है 80 दी स्पीड ते 100 दी स्पीड ते जदों बस मोड़ी तदों सवारियां तां छड्ड साडियां भी अखां विचें हुंदियां वी जे मुड़ गई नहीं मुड़ी ना मुड़ी एड्डी किड्डी गल हुंदी आ ते वैसे भी मैं तैनूं सही दसां सारा कसूर साडा नहीं गा लोकां दा कसूर है क्यों लोकां दा एक होर गल मैं तेन दसदा वकीलिया ये जी चंडीगढ़ है ना इतने दारू बहुत सस्ती है तो मैनू छड़ के माए नहीं जिन्हें भी रोडवे के ड्राइवर है इतों पेटी दारू की लै जाते हैं तो सारे पंजाब बेचते जाते हैं डब वाली है चार पाँच बोतल राजपुरे बेचती हैं चार पाँच बोतल पटियाले बेचती हैं फिर बठिंडे बेचती हैं इन्ने कि चल डब वाली आ जाता होर दस इन्ने के नाल इन्हों जी दारू फ्री च मिल जाती है
ਇੱਕ ਦੋ ਬੋਤਲ ਆਪ ਪੀ ਲੈਂਦੇ ਰਾਹ 'ਚ। ਹੈ ਮਾੜੇ ਮੋਟੇ ਪੈਸੇ ਚੰਡੀਗੜ੍ਹ 'ਚ ਲਾ ਲਏ, ਮੁੜ ਕੇ ਰਾਜਪੁਰੇ ਲਾ ਲਏ, ਮੁੜ ਕੇ ਪਟਿਆਲੇ ਲਾ ਲਏ, ਮੁੜ ਕੇ ਬਠਿੰਡੇ, ਇੰਨੇ ਕੁ ਨਾਲ ਦੋ ਕੁ ਬੋਤਲਾਂ ਰਾਹ 'ਚ ਪੀ ਜਾਂਦੇ ਹੈ। ਵਧੀਆ ਕਮਾਲ ਦੀ ਗੱਲ ਹੈ, ਦੋ ਬੋਤਲਾਂ ਨਾ ਸ਼ਰਾਬੀ ਨਹੀਂ ਹੁੰਦੇ ਤੁਸੀਂ? ਸ਼ਰਾਬੀ ਕਿਵੇਂ ਹੋ ਜਾਂਗੇ, ਸੜਕਾਂ 'ਚ ਟੋਏ ਇੰਨੇ ਆ, ਨਸ਼ਾ ਹੀ ਨਹੀਂ ਚੜ੍ਹਦਾ, ਫਿਰ ਕਹਿਣਗੇ ਸ਼ਰਾਬ ਮਾੜੀ ਹੈ। ਉਹ ਵੀ ਮੈਂ ਤੈਨੂੰ ਸਹੀ ਦੱਸਾਂ, ਜਿਹੜੇ ਲੋਕ ਨੇ ਇਹ ਰੋਡਵੇਜ਼ ਦੇ ਡਰਾਈਵਰਾਂ ਨੂੰ ਮਹਾਂਪੁਰਖ ਮੰਨਦੇ ਨੇ। ਮਹਾਂਪੁਰਖ ਓਏ ਕਾਤਲ ਸ਼ਰਾਬੀ ਕਬਾਬੀ, ਆਪਦੀ ਤੁਲਨਾ ਤੂੰ ਮਹਾਂਪੁਰਸ਼ਾਂ ਨਾਲ ਕਰ ਰਿਹਾ? ਓਏ ਮਹਾਂਪੁਰਸ਼ਾਂ ਨਾਲ ਮੈਂ ਤੁਲਨਾ ਨਹੀਂ ਕਰ ਰਿਹਾ, ਇਹ ਤਾਂ ਲੋਕ ਸਾਨੂੰ ਕਹਿੰਦੇ ਨੇ। ਹੁਣ ਵੇਖ ਵਕੀਲਿਆ, ਜਿਹੜੀ ਸਵਾਰੀ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਸਿੱਖ ਹੈ, ਸਾਡੀ ਗੱਡੀ 'ਚ ਬਹਿ ਜੇ ਇੱਕ ਵਾਰੀ ਰੱਬ ਨੂੰ ਜ਼ਰੂਰ ਯਾਦ ਕਰਦੀ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਰੋਡਵੇਜ਼ ਦੀ ਗੱਡੀ ਚੱਲਿਆ, ਰੋਡਵੇਜ਼ ਦੀ ਬੱਸ ਚੱਲਿਆ। ਠੀਕ ਹੈ, ਆਪਾਂ ਤਾਂ ਸਵਾਰੀਆਂ ਦੀ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਾ ਦੇਈਦੀ ਹੈ, ਕੰਨੀ ਹੱਥ ਲਵਾ ਦਿੰਦੇ ਆ, ਨਾਲੇ ਐਂਡ 'ਚ ਉੱਤਰਦੇ ਹੋਏ ਇਹ ਕਹਿੰਦੇ ਆ, ਓ ਜੀ ਭਾਈ ਵਾਹਿਗੁਰੂ ਤੈਨੂੰ ਜਿਉਂਦਾ ਰੱਖੀ ਜੀ, ਤੁਸੀਂ ਸਾਨੂੰ ਜਿਉਂਦੇ 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 ਲਾ ਤਾ। ਵੈਸੇ ਮੈਂ ਤੁਹਾਨੂੰ ਸਹੀ ਦੱਸਾਂ, ਅੱਜ ਕੱਲ੍ਹ ਰੋਡਵੇਜ਼ ਦੇ ਥੱਲੇ ਆਉਣ ਵਾਲੇ ਲੋਕਾਂ ਦਾ ਮੰਦਾ ਚੱਲ ਪਿਆ। ਅੱਜ ਕੱਲ੍ਹ ਲੋਕ ਹੈ ਉਹ ਜਿਹੜੇ ਮੰਤਰੀਆਂ ਦੀਆਂ ਗੱਡੀਆਂ ਥੱਲੇ ਆਉਣਾ ਪਸੰਦ ਕਰਦੇ ਨੇ, ਪੁੱਛ ਕਿਉਂ? ਕਿਉਂ? ਕਿਉਂਕਿ ਅਗਲੇ ਨੂੰ ਪਤਾ ਜੇ ਮੰਤਰੀ ਦੀ ਗੱਡੀ ਥੱਲੇ ਆ ਗਏ ਫਿਰ ਪੈਸਾ ਵੀ ਮਿਲੂਗਾ ਤਾਂ ਨਾਲੇ ਰੋਕਰੀ ਵੀ ਮਿਲੂਗੀ। ਉਹ ਅੱਜ ਕੱਲ੍ਹ ਤਾਂ ਮੰਤਰੀਆਂ ਦੀਆਂ ਬੱਸਾਂ ਦਾ ਨਾਮ ਹੈ ਰੋਡਵੇਜ਼, ਤਾਂ ਵਿਚਾਰੀ ਉਹੀ ਬਦਨਾਮ ਹੈ। ਮਤਲਬ ਕਿ ਇਹ ਹੈ ਵੀ ਮੰਤਰੀਆਂ ਦੀਆਂ ਗੱਡੀਆਂ ਨੂੰ ਕਮਾਈ ਹੈ, ਰੋਡਵੇਜ਼ ਤਾਂ ਵਿਚਾਰੀ ਘਾਟੇ 'ਚ ਹੀ ਆਈ ਹੈ। ਔਰ ਰੋਡਵੇਜ਼ ਦੇ ਜਿਹੜੇ ਅੱਡੇ ਹੈ ਉਹ ਤਾਂ ਭਾਈ ਵਿਕਣ ਨੂੰ ਫਿਰਦੇ ਆ, ਬਾਕੀ ਸਾਰੀਆਂ ਗੱਲਾਂ ਛੱਡ, ਤੂੰ ਇਹ 10 ਜਰਦਾ ਲਾਉਣਾ ਹੈ। ਮੈਂ ਤੈਨੂੰ ਕਿੰਨੀ ਵਾਰੀ ਕਹਤਾ ਵੀ ਮੈਂ ਜਰਦਾ ਨਹੀਂ ਖਾਂਦਾ, ਨਹੀਂ ਖਾਂਦਾ, ਨਹੀਂ ਖਾਂਦਾ। ਚੰਗਾ ਫਿਰ, ਤੁਸੀਂ ਦੇਖਿਆ ਕਿਸ ਤਰ੍ਹਾਂ ਮੰਤਰੀਆਂ ਦੀਆਂ ਬੱਸਾਂ ਨੇ ਰੋਡਵੇਜ਼ ਦਾ ਪੱਠਾ ਬਿਠਾਇਆ ਅਤੇ ਬਾਕੀ ਪੱਠਾ ਇਹੋ ਜਿਹੇ ਡਰਾਈਵਰਾਂ ਨੇ ਬਿਠਾਇਆ, ਸ਼ਰਾਬੀ ਕਬਾਬੀਆਂ ਨੇ। ਹੁਣ ਤੁਸੀਂ ਦੱਸੋ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਸਾਡਾ ਈਮੇਲ ਪਤਾ ਨੋਟ ਕਰੋ, sda@channelpunjabi.ca। ਦੂਸਰੀ ਈਮੇਲ ਹੈ sda@globalpunjabtv.com। ਸੋ ਮਿਲਦੇ ਹਾਂ ਅਗਲੇ ਹਫ਼ਤੇ ਕਿਸੇ ਹੋਰ ਮੁਜਰਮ ਦੇ ਨਾਲ। ਤਦ ਤੱਕ ਆਪਣੇ ਗੁਰਚੇਤ ਚਿੱਤਰਕਾਰ ਨੂੰ ਦਿਓ ਇਜਾਜ਼ਤ, ਰੱਬ ਰੱਖ।